ਦਾਈ ਅਲੀ ਦੀਆਂ ਧੀਆਂ ਸ਼ਾਮ ਦੇ ਬਾਜ਼ਾਰਾਂ ਚ ਨਾ ਆਵੇ ਨਾ। ਅੱਲਾਹ ਤੁਹਾਡੀ ਹੈ ਕਬੂਲ ਫਰਮਾਵੇ। ਕੋਈ ਜ਼ਿਆਦਾ ਦੇਰ ਨਹੀਂ, ਇੱਜ਼ਤ ਵਾਲੇ ਮੇਰੇ ਮੌਲਾ ਦੇ ਮਦਾ ਬਿਲਖਸੂਸ ਬਾਬਾ ਨਿਜ਼ਾਕਾ ਸਿੰਘ ਮੌਜੂਦ ਹਨ, ਉਹਨਾਂ ਕੋਲ ਜ਼ਿਆਦਾ ਦੇਰ ਨਾ ਬਲਾਵਾਂ। ਫਕਤ ਇੱਕ ਜੁਮਲਾ, ਛਤਰੀ ਸ਼ਹਿਰ ਅਬੂਰ ਕਰਕੇ ਆ ਖੜੀ ਹੈ ਆਪਣੀ ਮਕਤਾਲੀ ਚ। ਸੋਹਣੀ ਹੈ ਕੀਤੀ ਵੇ, ਦਰਜਾਤ ਬੁਲੰਦ ਹੋਵੇ ਸੁਲਤਾਨ ਉ ਜ਼ਾਕਿਰੀਨ ਬਾਬਾ ਸਾਬਿਰ ਹੁਸੈਨ ਸ਼ਾਹ ਦੇ। ਉਹ ਫਰਮਾਇੰਦੇ ਹੁੰਦੇ ਹਨ, ਭੇਣ ਤੇ ਬਿਰਾ ਦੀ ਮਕਤਲ ਦਾ ਵੱਡਾ ਫਰਕ ਹੈ। ਜਿੱਥਾਂ ਬਿਰਾ ਦੀ ਮਕਤਾ ਲਈ ਉੱਥਾਂ ਰੇਤ ਜ਼ਿਆਦਾ ਹਾ, ਜਿੱਥਾਂ ਭੇਣ ਦੀ ਮਕਤਾ ਲਈ ਉੱਥਾਂ ਬਦਮਾਸ਼ ਚੋਖੇ ਹਨ। ਅੱਲਾਹ ਹੈ ਕਬੂਲ ਕਰੇ ਬਾਬਾ। ਸੋਹਣੀ ਹੈ ਕੀਤੀ ਵੇ, ਜ਼ਾਰਾ ਜਾਈਆਂ ਤੁਹਾਡੇ ਤੇ ਰਾਜ਼ੀ ਵੰਜਣ। ਜਿੱਥਾਂ ਬਿਰਾ ਦੀ ਮਕਤਾ ਲਈ ਉੱਥਾਂ ਰੇਤ ਜ਼ਿਆਦਾ ਹਾ, ਜਿੱਥਾਂ ਭੇਣ ਦੀ ਮਕਤਾ ਲਈ ਉੱਥਾਂ ਬਦਮਾਸ਼ ਚੋਖੇ ਹਨ। 72 ਘੰਟਾ ਗੁਜ਼ਰ ਗਿਆ, ਲਾਨਤੀ ਸ਼ਰਾਬ ਪੀਂਦਾ ਰਹੀ ਹੈ, ਉਹ ਖੜੀ ਰਹੀ ਹੈ ਜਿਹਦੀ ਮਾਂ ਦਾ ਜਨਾਜ਼ਾ ਅੱਧ ਰਾਤ ਨੂੰ। ਅਲਹਮਦੁਲਿਲਾ, ਅਲਹਮਦੁਲਿਲਾ, ਹਿੱਸੇ ਦੇ ਆਸੂ ਆ ਗਏ। ਮਾਤਮੀ ਉਜ਼ਾਦਾਰੋ, ਉਹ ਖੜੀ ਰਹੀ ਜਿਹਦੀ ਮਾਂ ਦਾ ਜਨਾਜ਼ਾ ਅੱਧ ਰਾਤ ਲੇ। ਇਹਦੇ ਦਰਬਾਰ ਵਿੱਚ ਸਫੀਰ ਰੂਮ ਬੈਠਾ, ਮੈਂ ਸਾਰਾ ਮਜ਼ਮੂਨ ਛੋੜ ਦਿੱਤੇ। ਇਵੇਂ ਉੱਠੇ 9 ਘੰਟੇ ਦੇ ਬਾਅਦ ਉੱਠੇ, ਤਖ਼ਤ ਦੇ ਸਾਹਮਣੇ ਆ ਕੇ ਆਦੇ, ਲਾਂਤੀ ਮੈਂ ਕੁਰਸੀ ਤੇ ਬਹਿ ਬਹਿ ਥੱਕ ਗਈਆਂ। ਉਹ ਛੋਟੀ ਕਹਿੰਦੇ ਨਹੀਂ ਥੱਕੀ ਜਿਹੜੀ ਇੱਕ ਫੇਰ ਚਾਹੀਦੀ ਹੈ, ਦੂਜਾ ਰੱਖੀਂਦੀ ਹੈ। ਅਲਹਮਦੁਲਿਲਾ, ਅਲਹਮਦੁਲਿਲਾ ਬਾਬਾ, ਜਿਹੜਾ ਧੀਆਂ ਰੱਖਦੇ ਉਹਨਾਂ ਹੈ ਕਰ ਛੋੜੀਏ। ਉਹ ਕਹਿੰਦੇ ਨਹੀਂ ਥੱਕੀ ਜਿਹੜੀ ਇੱਕ ਫੇਰ ਚਾਹੀਦੀ ਹੈ, ਦੂਜਾ ਰੱਖੀਂਦੀ ਹੈ। ਅਦੇ ਦਸਾ, ਇਹ ਜਿਹੜਾ ਸਰ ਪੀ ਹੈ, ਇੱਕ ਜੋ ਮਰਾਏ ਪੁੱਛ ਸਕਦਾ ਇਹਦਾ ਜੁਰਮ ਕਿਹੜਾ? ਇਹ ਕੌਣ ਆ? ਤੇ ਹੁਸੈਨ ਇਬਨ ਅਲੀ ਆ, ਤੇ ਉਹ ਹੁਸੈਨ ਜੇ ਕੁੱਤੇ ਦਾ ਨਬੀ ਮੋਹਰ ਤੇ ਚਾਹੀਦਾ? ਅਦੇ ਹਾਂ ਉਹ ਹੁਸੈਨ, ਅਦੇ ਸ਼ਰਮ ਨਹੀਂ ਵੀ ਆਉਂਦਾ? 63 ਪੁਸ਼ਤਾਂ ਦਾ ਫਰਕ ਹੈ ਮੈਂ ਕੋਈ ਈਸਾ ਨਬੀ ਕੋਲ। ਅੱਜ ਵੀ ਅਗਰ ਕੋਈ ਕੋਈ ਉਮਤੀ ਮੇਰੇ ਘਰ ਤੋਂ ਪੇਰ ਕਰਕੇ ਸੁੱਤਾ ਪਿਆ ਹੋਵੇ, ਵੰਜ ਕੇ ਉਠਾ ਦੇਣੇ ਨੇ, ਸ਼ਰਮ ਕਰ, ਇੱਥੇ ਨਬੀ ਜ਼ਾਦੇ ਦਾ ਘਰ ਹੈ। ਤੇ ਜੇ ਕੁੱਤੇ ਦਾ ਨਬੀ ਮੋਹਰ ਤੇ ਚਾਹੀਦਾ, ਉਹਦਾ ਸਰ ਕਿੱਥਾਂ ਰੱਖੀ ਬੈਠੇ? ਅੱਲਾਹ ਕਬੂਲ ਕਰੇ, ਮੈਂ ਇੱਥੇ ਵਹਿਣ ਪਿਆ ਕਰੇ ਨਾ। ਅਦੇ ਦਸਾ, ਇਹਦਾ ਜੁਰਮ ਕਿਹੜਾ ਹੈ? ਜ਼ਾਲਿਮ ਆਦੇ ਨਮਾਜ਼ ਨਹੀਂ ਪੜਦਾ। ਜਿਵੇਂ ਮਲਕਾ ਹੱਬਸ਼ ਦੀ ਕਣ ਤੇ ਮੱਥਾ ਰੱਖੀ ਖੜੀ ਹੈ, ਰੀ ਦੀ ਇੱਜ਼ਤ ਵਾਲੀ ਦੀ ਤੜਫੀਏ। ਬੀਬੀ ਆਦੀਏ, ਦਈ ਅੰਮਾ ਹੁਣ ਪਰਦਾ ਛੋੜ, ਦਈ ਆਦੀਏ ਆਲੀਆ ਸਦੇ ਦੀ ਮਾਏ, ਪਰਦਾ ਕਿਵੇਂ ਛੋੜਾਂ? ਲਾਂਤੀ ਸ਼ਰਾਬ ਬੈਠਾ ਪੀਂਦਾ ਹੈ, ਆਦੀ ਅੰਮਾ ਅਗਰ ਹੁਣ ਨਹੀਂ ਭੁਲੇਂਦੀ, ਮੇਰੇ ਫਿਰਾ ਦਾ ਸਜਦਾ ਪਿਆ ਛੱਪਦਾ ਹੈ। ਆਦੀ ਅੰਮਾ ਜੇ ਕੋ ਬਚਾਵਣ ਵਾਸਤੇ ਮੈਂ ਰਸੀਆਂ ਪਈਆਂ, ਮੈਂ ਸ਼ਾਮ ਆਈਆ, ਬੀਬੀਆ ਦੇ ਕਿਵੇਂ ਬੋਲੇ ਸੇ? ਉਹ ਸ਼ਰਾਬ ਬੈਠਾ ਪੀਂਦਾ ਹੈ, ਆਦੀ ਅੰਮਾ ਲਾਂਤੀ ਲਾਲ ਨਾ ਬੋਲੇਂਦੀ, ਮੈਂ ਸਫੀਰ ਰੋਮ ਨਾਲ ਗੱਲ ਕਰਨੀ ਹੈ। ਬੀਬੀ ਉੱਠੀ ਹੈ, ਬੀਬੀਆ ਦੇ ਸਫੀਰ ਰੋਮ ਅਗਰ ਹੱਥ ਲਾ ਦੋਏ ਨਾ, ਮੈਂ ਮੱਥੇ ਤੇ ਲਾਵਾਂ ਤੇਰਾ ਸ਼ੁਕਰੀਆ ਅਦਾ ਕਰਾਂ। ਆਦੀ ਸਫੀਰ ਰੋਮ ਮੈਂ ਤੇਰੀ ਜੱਲਾ ਦੀ ਜ਼ਮੇ ਨਾ, ਆਦੇ ਜੱਲਾ ਦੀਆਂ ਜ਼ਮਾਨ ਦਾ ਜੋ ਦੇਣੀ ਹੈ, ਤੂੰ ਕੋਈ ਨਬੀ ਦੀ ਧੀ ਹੈ। ਬੀਬੀ ਆਦੀ ਹੈ ਪਹਿਚਾਨ, ਜਿਹੜੀ ਮੋਬਾਲੇ ਤੇ ਗਈ ਆਈ, ਉਹਦੀ ਵੱਡੀ ਧੀ ਮੈਂ ਆ। ਅਲਹਮਦੁਲਿਲਾ, ਅਲਹਮਦੁਲਿਲਾ, ਮੈਂ ਬਿਸਮਿਲਾ ਕਰਾਂ, ਇਸੇ ਦੇ ਆਸੂ ਆ ਗਏ, ਹਰ ਅਜ਼ਾਦਾਰ ਦੀ ਅੱਖ ਪੁਰਨਮ ਹੋ ਗਈ ਹੈ। ਬੀਬੀਆ ਦੇ ਸਫੀਰ ਰੋਮ ਜ਼ਾਲਿਮ ਹੈ, ਹੁਸੈਨ ਨਮਾਜ਼ ਨਹੀਂ ਪੜਦਾ। ਬੀਬੀਆ ਦੇ ਆਖੇ ਨਮਾਜ਼ ਗਵਾਈ ਦੇਵੇ, ਬੀਬੀਆ ਦੇ ਸਫੀਰ ਰੋਮ ਮੇਰੇ ਫਿਰਾ ਦੇ ਮਾਰਨ ਵਾਲੇ ਢੇਰ ਹੈ। ਇੱਕੋ ਆਖ ਆਖਰੀ ਕਾਤਿਲ ਕੋ ਸਦੇ, ਮਾਤਮੀ ਹੋਸ਼ ਮੇਰ ਨੱਚਦਾ ਵੀ ਆਇਆ ਹੈ, ਹੱਸਦਾ ਵੀ ਆਇਆ ਹੈ, ਸਾਹਮਣੇ ਆ ਕੇ ਆਦੇ, ਮੈਨੂੰ ਕਿਆ ਜਦੋਂ ਮੈਂ ਪਹੁੰਚਾ ਹੁਸੈਨ ਮੂੰਹ ਦੇ ਬਾਹਰ ਝੜਾ ਹੋਇਆ। ਬੀਬੀਆ ਦੇ ਸਵੀਰ ਰੋਮ ਕੋਈ ਗੱਲ ਨਹੀਂ, ਜੇ ਕਾਤਿਲ ਮੁਕਰ ਜੇ ਇੱਕੋ ਆਖੋ ਖੰਜਰ ਮੰਗਾ। ਸ਼ਰਮਾਨੀ ਨਾ ਸ਼ਰਮਾਨੀ, ਮੈਂ ਬਿਸਮਿਲਾ ਕਰਾਂ, ਧੀਆਂ ਦੇ ਪਰਦੇ ਆਉਣਿਆਂ ਦੇ ਗੁਆ ਕੋ ਖੰਜਰ ਮੰਗਾ, ਜਿਹੜੇ ਨਾਲ ਜ਼ਰਬਾ ਮਰੇਂਦਾ ਰਹੇ। ਮੈਂ ਦਰਵਾਜ਼ੇ ਤੇ ਕਾਲ ਕੇ ਕੁਰਾਨ ਲਿਖੈਂਦੀ ਰਹੀਆਂ, ਸ਼ਿਮਰ ਖੰਜਰ ਮੰਗਾਇਆ ਹੈ। ਬੀਬੀਆ ਜੇ ਲੋਹਾ ਜਿਹੜੀ ਉਜੜ ਗਈਆਂ, ਹਾਂ ਤਾਲੀ ਦੀਦੀ ਉਹ ਲੈਲਾ ਮਰੀ ਮਾਮ ਦੀਦੀ, ਉਹ ਕਿਆ ਮਰ ਦੇਣੀਆਂ? ਬੋਲ ਮੇਰੇ ਫਿਰਾ ਦਾ ਕਿਹੜਾ ਜੁਰਮਾ? ਅੱਲਾ ਗਾਏ ਕੱਛਿਆ ਲਿਆ ਖੰਜਰ ਭਰੇ ਦਰਬਾਰ ਚ, ਪਰਵਾਜ ਵਧਾ ਕਰੇਂਦਾ ਹੈ। ਖੰਜਰ ਚ ਹੱਥ ਪਾ ਕੇ ਆਦੇ ਨਮਾਰੀ ਦੇ ਛੁੜਾਵਣ ਵਾਲੇ ਮਾਰੇ ਗਏ।
या हुसैन या हुसैन जवानी होई आदि इना मार इन छुड़ावन आले मारे गए जना सवीर दिखे जो इना दी गवाही त लुहाई देंदा है आदे इज्जत अली सैन मैनो कलमा पढ़ा बीबी आदे कलमा ओ पढ़े सी जेड़ा रात खड़ा रोंदा है सजाद कलमा पढ़ाए हाले आखरी लावदेन जो नारे तकबीर बुलंद कीता है अल्लाह अकबर सिपाही तो तलवार कसी है जो हरामी ते हमला करा या कान ते छड़कार आया दे चाचा जंग करे मेरे बाल दरे होए आदे लड़दे तो आदे वासे आ लड़न क्यों नहीं देना रात रो क्या दे लड़े बाद दे विचा तो आए चाचा ते पहले सुन गिन ले कसलाए तेरी हिक हिक जरा बदा आयो बदला दे सी विच शाम दे आओ नदी माए आदे अगे झले